ਜਿਹੜਾ ਕਦੀ ਬੱਸ ਵਿੱਚ ਬੈਠਾ ਜਦੋਂ ਚੰਡੀਗੜ੍ਹ ਤੋਂ ਡੁਗਰੀ ਜਾਂਦਾ ਸੀ, ਲੁਧਿਆਣੇ ਜਾਂਦਾ ਸੀ ਆਪਣੇ ਘਰੇ, ਤੇ ਹੁੱਡ ਪਾ ਕੇ ਜਾਂਦਾ ਸੀ ਤਾਂ ਕਿ ਉਹਨੂੰ ਕੋਈ ਪਛਾਣ ਨਾ ਲਵੇ। ਆਪਣੇ ਗੀਤ ਨੂੰ ਖੁਦ ਬੱਸ ਦੇ ਵਿੱਚ ਰਿਕਾਰਡ ਕਰਨਾ, ਉਸ ਸਟਰਗਲ ਨੂੰ ਯਾਦ ਰੱਖਣਾ ਕਿਸ ਤਰ੍ਹਾਂ ਦਾ ਰਿਹਾ ਉਸ ਸਟਰਗਲ ਦਾ ਦੌਰ, ਤੇ ਅੱਜ ਵਿਚੋਲਾ ਬਣ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਉਹਨਾਂ ਨੂੰ, ਇਹ ਵੀ ਜਾਣਦੇ, ਕਿਉਂਕਿ ਉਹਨਾਂ ਦਾ ਨਵਾਂ ਗੀਤ ਆਇਆ ਜਨਾਬ ਵਿਚੋਲਾ। ਕਮਲ ਖਹਿਰਾ ਨੇ ਮੇਰੇ ਨਾਲ, ਬਹੁਤ ਬਹੁਤ ਸਵਾਗਤ ਪੀਟੀਸੀ 'ਚ। ਪੀਟੀਸੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਯਾਨੀ ਕਿ ਤੁਹਾਡੇ ਆਪਣੇ ਕਮਲ ਖਹਿਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਦੇਖੋ ਕੀ ਬੋਲਾਂ ਮੈਂ ਉਹਨਾਂ ਨੂੰ, ਲੋ ਭਾਅ ਜੀ ਦੀ ਪਹਿਲੀ ਇੰਟਰਵਿਊ, ਇਸ ਕਰਕੇ ਪੁੱਛ ਰਹੇ ਨੇ ਕੀ ਬੋਲਾਂ। ਵਿਚੋਲਾ ਬਣ ਕੇ ਸਭ ਤੋਂ ਪਹਿਲਾਂ ਤਾਂ ਕਿਸ ਤਰ੍ਹਾਂ ਦਾ ਲੱਗ ਰਿਹਾ, ਕਿਉਂਕਿ ਵਿਚੋਲਾ ਨਵਾਂ ਗੀਤ ਆਇਆ, ਉਹਦੇ ਵਿੱਚ ਕਿਤੇ ਨਾ ਕਿਤੇ ਪੋਜ਼ਿਟਿਵ ਗੱਲ ਹੋਈ ਹੈ। ਰਫਲਾਂ ਦੁਨਾਲਿਆਂ ਦੀ ਗੱਲ ਹੁੰਦੀ ਸੀ, ਰਫਲਾਂ ਦੀ ਤੁਸੀਂ ਕਿਹਾ ਵੀ ਰਫਲਾਂ ਤਾਂ ਨਹੀਂ ਮੈਂ ਲੈ ਕੇ ਜਾਣਾ ਭਾਈ, ਤੈਨੂੰ ਰਫਲਾਂ ਸੁੱਟ ਦੇਣੀਆਂ ਨਹਿਰ ਦੇ ਵਿੱਚ, ਅਤੇ ਤੈਨੂੰ ਆਪਾਂ ਪੂਰੇ ਪਿਆਰ ਅਤੇ ਪੂਰੇ ਇੱਜ਼ਤ ਮਾਨ ਦੇ ਨਾਲ ਲੈ ਕੇ ਜਾਣਾ। ਐਕਚੁਅਲੀ ਇਹ ਗਾਣਾ ਅਸੀਂ ਟਰਾਈ ਕੀਤਾ ਕਿ ਅੱਜ ਕੱਲ੍ਹ ਬੜੇ ਤਾੜ ਫਾੜ ਵਾਲੇ ਗਾਣੇ ਚੱਲ ਰਹੇ ਆ, ਅਤੇ ਸਾਨੂੰ ਐਂ ਸੀ ਸੌਂਗ ਨੂੰ ਕਿੰਨਾ ਟਾਈਮ ਲੱਗਿਆ? ਜਿੱਦਾਂ ਇਹ ਗਾਣੇ ਨੂੰ, ਇਹਦੀ ਜਿਹੜੀ ਵੀਡੀਓ ਐਡੀਟਿੰਗ ਆ ਉਹਨੂੰ 3 ਮਹੀਨੇ ਲੱਗ ਗਏ, ਅਤੇ ਬਾਕੀ ਇਹ ਮਿਕਸ ਮਾਸਟਰ ਜਿਹੜਾ ਹੁੰਦਲ ਬਾਈ ਨੇ ਜਿਹੜੇ, ਉਹ ਬਹੁਤ ਜ਼ਿਆਦਾ ਜਿੱਦਾਂ ਵਹਿਮੀ ਕਹਿ ਲਓ ਜਾਂ ਕੁਛ ਕਹਿ ਲਓ, ਕਿ ਉਹਨਾਂ ਨੂੰ ਆਪਦੀ ਚੀਜ਼ ਵੀ, ਉਹ ਇੱਦਾਂ ਦੇ ਬੰਦੇ ਨੇ, ਉਹ ਆਪਦੀ ਚੀਜ਼ 'ਚੋਂ ਨੁਕਸ ਕੱਢ ਦਿੰਦੇ ਨੇ, ਤਾਂ ਮਿਕਸ ਮਾਸਟਰ ਲਈ ਬਾਈ ਨੇ ਘੱਟੋ ਘੱਟ 15 ਵਾਰੇ ਟਰੈਕ ਦੁਬਾਰਾ ਫੇਰ ਲਾਇਆ, ਫਿਰ ਕਹਿੰਦੇ ਮੇਰੇ ਕੰਨਾਂ ਨੂੰ ਨਹੀਂ ਚੰਗਾ ਲੱਗ ਰਿਹਾ ਯਾਰ, ਮੈਨੂੰ ਫੀਲ ਨਹੀਂ ਆ ਰਿਹਾ ਉਹ ਜੋ ਮੈਂ ਬਣਾਇਆ, ਮੈਨੂੰ ਉਹ ਚੀਜ਼ ਮਿਲ ਨਹੀਂ ਰਹੀ। ਵਿਚੋਲਾ ਇਹਨਾਂ ਤੋਂ ਸੁਣਦੇ ਹਾਂ, ਫਿਰ ਅਸੀਂ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਬੱਸਾਂ ਦੀਆਂ, ਸਟਰਗਲ ਦੀਆਂ, ਜਿੱਥੇ ਖੜੇ ਹੋ ਕੇ ਜੂਸ ਪੀਂਦੇ ਸੀ ਉੱਥੇ ਲੋਕ ਕਿਵੇਂ ਪਛਾੜਦੇ ਸੀ, ਉਹ ਵੀ ਗੱਲ ਕਰਾਂਗੇ, ਪਰ ਵਿਚੋਲਾ ਲਾਈਵ ਸੁਣਦੇ ਇਹਨਾਂ ਤੋਂ ਪਹਿਲਾਂ। ਗੱਲ ਸੁਣ ਚੰਨਾ ਇੱਕ ਕੰਨ ਕਰਕੇ, ਗੱਡੀ ਵਿੱਚ ਲੋੜ ਰੱਖੇ ਗੰਨ ਕਰਕੇ। ਗੱਲ ਸੁਣਿਆ ਪਰ ਪਹਿਲੇ ਬੈਂਚ ਵਾਲੀ ਕਿੰਨੀ ਕੁ ਯਾਦ ਹੁਣ ਤੱਕ ਆਉਂਦੀ ਹੈ, ਉਹਦੇ ਬਾਰੇ ਵੀ ਪੁੱਛਦੇ ਹਾਂ। ਪਹਿਲੇ ਬੈਂਚ ਵਾਲੀ ਰੋਜ਼ ਆ ਕੇ ਬਹਿ ਜਾਂਦੀ ਸੀ ਅਤੇ ਤੁਹਾਡੀ ਨਿਗਾਹ ਉਹਦੇ 'ਤੇ ਰਹਿੰਦੀ ਸੀ, ਪਹਿਲੇ ਬੈਂਚ ਵਾਲੀ ਦਾ ਕੀ ਹਾਲ ਹੈ? ਐਕਚੁਅਲੀ ਮੇਰੀ ਲਾਈਫ 'ਚ ਕੋਈ ਪਹਿਲੇ ਬੈਂਚ ਵਾਲੀ ਨਹੀਂ ਸੀ, ਇਹ ਹੁੰਦਲ ਬਾਈ ਦਾ ਗਾਣਾ ਲਿਖਿਆ, ਮੈਨੂੰ ਅੱਗੇ ਵੀ ਕਈ ਜਾਣੇ ਪੁੱਛਦੇ ਆ ਅਤੇ ਬਾਈ ਦਾ ਗਾਣਾ ਵਾ ਇਹ, ਜਦੋਂ ਕਿਤੇ ਤੁਹਾਡਾ ਸਵਾਬ ਬਣਿਆ ਬਾਈ ਦੀ ਇੰਟਰਵਿਊ ਹੋਈ ਜਾਂ ਬਾਈ ਤੁਹਾਨੂੰ ਕਦੇ ਮਿਲਿਆ ਤਾਂ ਉਹਨਾਂ ਤੋਂ ਪੁੱਛਿਆ ਜ਼ਰੂਰ ਪਹਿਲੇ ਬੈਂਚ ਵਾਲੀ ਦਾ ਕੀ ਹਾਲ। ਅੱਛਾ, ਸਟਰਗਲ ਦੀ ਮੈਂ ਗੱਲ ਕਰ ਰਿਹਾ ਸੀ, ਜੂਸ ਵਾਲੀ ਰੇੜੀ ਜਿਹੜਾ ਤੁਸੀਂ ਉਹ ਇੰਸੀਡੈਂਟ ਦੱਸਿਆ, ਉਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਗੱਲ ਕਿ ਮੈਂ ਜਦੋਂ ਪਹਿਲੇ ਦਿਨ ਮੇਰਾ ਗਾਣਾ ਟੀ ਵੀ 'ਤੇ ਚੱਲਿਆ ਤਾਂ ਦੂਜੇ ਦਿਨ ਮੈਂ ਰੋਜ਼ ਆਮ ਜਿੱਦਾਂ ਜ਼ਿੰਦਗੀ ਜਿਹੜੀ ਮੈਂ ਜਿਉਂਦਾ ਸੀ, ਮੈਂ ਉੱਠ ਕੇ ਰੇੜੀ 'ਤੇ ਗਿਆ, ਉੱਥੇ ਜੂਸ ਪੀਣ ਲੱਗ ਗਿਆ, ਮੇਰਾ ਨਾਲ ਫਰੈਂਡ ਸੀਗਾ ਗਿੰਨੀ ਮੁੰਡਾ ਲੁਧਿਆਣੇ ਤੋਂ ਹੀ ਆ, ਤਾਂ ਉਹ ਜਦੋਂ ਜੂਸ ਪੀਤਾ ਥੋੜ੍ਹਾ ਜਿਹਾ ਪੀਤਾ ਤਾਂ ਮੁੰਡੇ ਦੋ ਕੋਲ ਆ ਕੇ ਕਹਿੰਦੇ ਕਹਿੰਦੇ ਬਾਈ ਤੁਸੀਂ ਉਹ ਪਹਿਲੇ ਬੈਂਚ ਗਾਣੇ ਵਾਲੇ ਹੋ, ਅਤੇ ਬੜੀ ਖੁਸ਼ੀ ਹੋਈ ਜਦੋਂ ਉਹਨੇ ਮੈਨੂੰ ਪਛਾਣ ਲਿਆ, ਮੈਂ ਕਿਹਾ ਹਾਂ ਵੀਰੇ ਉਹੀ ਹਾਂ ਮੈਂ, ਅਤੇ ਫਿਰ ਫੋਟੋ ਖਿਚਾ ਕੇ ਕਹਿੰਦਾ ਬਾਈ ਇੱਕ ਫੋਟੋ ਖਿਚਾਉਣੀ ਹੈ ਮੈਨੂੰ, ਬੜਾ ਮਨ ਜਿਹਾ ਚਾਹਿਆ, ਮੈਂ ਕਿਹਾ ਅੱਛਾ ਯਾਰ ਮੇਰੇ ਨਾਲ ਇਹਨੇ ਫੋਟੋ ਖਿਚਾਉਣੀ ਆ। ਉਦੋਂ ਬਾਅਦ 'ਚ ਫਿਰ ਜਦੋਂ ਉਹ ਚਲੇ ਗਏ ਜਿਹੜਾ ਮੇਰਾ ਦੋਸਤ ਸੀ ਨਾਲ ਗੁਰਿੰਦਰ, ਉਹ ਮੈਨੂੰ ਕਹਿੰਦਾ ਕਹਿੰਦਾ ਬਾਈ ਤੈਨੂੰ ਇਹ ਪਛਾਣਦੇ ਸੀਗੇ ਜਾਣਦੇ, ਕਹਿੰਦਾ ਤਾਂ ਉਹਦੇ ਮਨ 'ਚ ਆਇਆ ਸੀ ਕਿ ਪਹਿਲਾਂ ਇਹ ਮੈਂ ਜਾਣਦੇ, ਮੈਂ ਕਿਹਾ ਬਾਈ ਮੈਂ ਨਹੀਂ ਇਹਨੂੰ ਕਦੇ ਦੇਖਿਆ ਮੁੰਡੇ ਨੂੰ ਮਿਲਿਆ, ਕਹਿੰਦਾ ਯਾਰ ਬਾਈ ਆਪਣੀ ਚੜ੍ਹਾਈ ਹੋ ਗਈ ਮਤਲਬ, ਮੈਂ ਕਿਹਾ ਹਾਂ ਬਾਈ ਆਪਣੀ ਸੱਚੀ ਚੜ੍ਹਾਈ ਹੋ ਗਈ। ਅਤੇ ਫਿਰ ਪਰ ਹੌਲੀ ਹੌਲੀ ਫਿਰ ਥੋੜ੍ਹਾ ਲਾਈਫ ਚੇਂਜ ਹੁੰਦੀ ਗਈ, ਥੋੜ੍ਹਾ ਥੋੜ੍ਹਾ ਪਾਸੇ ਰਹਿਣਾ ਪਿਆ, ਫਿਰ ਹੌਲੀ ਹੌਲੀ ਅਲੱਗ ਹੋਣ ਲੱਗ ਗਏ। ਕਰੀਅਰ ਦੇ ਵਿੱਚ ਬਹੁਤ ਉਤਾਰ ਚੜਾਅ ਵੀ ਜ਼ਰੂਰ ਆਏ ਹੋਣੇ ਆ, ਘਰੋਂ ਸਪੋਰਟ ਫਾਈਨੈਂਸ਼ਲੀ ਖਾਸ ਤੌਰ 'ਤੇ ਨਹੀਂ ਮਿਲੀ, ਬਟ ਚੰਡੀਗੜ੍ਹ ਆਉਣਾ ਆਪਣੇ ਵਰਗੇ ਉਹਨਾਂ ਛੋਟੇ ਇਲਾਕਿਆਂ ਤੋਂ ਤੁਰ ਕੇ ਬਹੁਤ ਜ਼ਿਆਦਾ ਪੈਸੇ ਦੀ ਵੀ ਲੋੜ ਹੁੰਦੀ ਹੈ, ਫਾਈਨੈਂਸ਼ਲੀ ਵੀ ਔਰ ਅਦਰਵਾਈਜ਼ ਵੀ, ਮੋਰਾਲ ਵੀ ਅਗਰ ਬੂਸਟਅਪ ਕਰਨਾ ਹੋਵੇ ਤਾਂ ਤਿੰਨਾਂ ਬੰਦਿਆਂ ਦਾ ਤੁਸੀਂ ਨਾਮ ਪਹਿਲਾਂ ਲਿੱਤਾ। ਸਿੰਗਿੰਗ ਤੁਹਾਡੇ ਲਈ ਕੀ ਹੈ ਹੁਣ ਤੱਕ ਦੇ ਉਤਾਰ ਚੜਾਅ ਨੂੰ ਦੇਖਦੇ ਹੋਏ, ਔਰ ਪੰਜਾਬੀ ਮਿਊਜ਼ਿਕ ਇੰਡਸਟਰੀ ਤੁਹਾਡੇ ਲਈ ਕੀ ਹੈ? ਮਿਊਜ਼ਿਕ ਇੰਡਸਟਰੀ ਐਕਚੁਅਲੀ ਦੇ ਵਿੱਚ ਮੇਰੇ ਲਈ ਇੱਕ ਸੁਪਨਾ ਸੀ, ਮੈਂ ਕਦੇ ਵੀ ਨਹੀਂ ਸੋਚਿਆ ਸੀਗਾ ਕਿ ਮੈਂ ਇੱਦਾਂ ਆਹ ਕੈਮਰੇ ਦੇ ਅੱਗੇ ਜਾਂ ਮੈਂ ਟੀਵੀ 'ਤੇ ਇੱਦਾਂ ਆਊਂਗਾ, ਇਹ ਸਾਰਾ ਕੁਝ ਮੈਂ ਮੇਰੇ ਲਈ ਇੱਕ ਸੁਪਨਾ ਸੀ ਇਹ, ਜਿਹੜਾ ਅੱਜ ਉਸ ਵਾਹਿਗੁਰੂ ਨੇ ਪੂਰਾ ਕਰਤਾ, ਅਤੇ ਜਿਹਦੇ ਵਿੱਚ ਮੇਰਾ ਭਰਾ ਪ੍ਰੀਤ ਹੁੰਦਲ,
ਤੇ ਅਲਫਾਜ ਵੀਰੇ ਹੁਣਾਂ ਦਾ ਸਾਰਿਆਂ ਦਾ ਬਹੁਤ ਵੱਡਾ ਹੱਥ ਆ। ਮੇਰੇ ਉਸਤਾਦ ਜੀ ਜਿਨ੍ਹਾਂ ਤੋਂ ਮੈਂ ਪਹਿਲੀ ਗੱਲ ਤਾਂ ਮੈਂ ਪਹਿਲਾਂ ਜਦੋਂ ਸ਼ੁਰੂ ਕੀਤਾ ਉਦੋਂ ਸਿੱਖਿਆ ਨਹੀਂ ਸੀ ਅਤੇ ਹੁਣ, ਪਰ ਮੈਨੂੰ ਐਂ ਜੋ ਫੀਲਡ 'ਚ ਆ ਕੇ ਮੈਨੂੰ ਐਂ ਹੁੰਦਾ ਵੀ ਕਈ ਵਾਰ ਗਾਉਣ ਲੱਗਿਆਂ ਜੇ ਕਈ ਗੁਣ ਇਹੋ ਜਿਹੇ ਨੇ, ਕਈ ਮੈਨੂੰ ਜਿਵੇਂ ਲੱਗਿਆ ਕਿ ਕਿੰਨਾ ਕਿਸੇ ਕਈ ਗੱਲਾਂ 'ਚ ਮੈਂ ਕੱਚਾ ਵਾਂ, ਤਾਂ ਇੰਦਰਜੀਤ ਸਰ ਨੇ, ਇੰਦਰਜੀਤ ਗੁਰੂ ਉਹਨਾਂ ਦਾ ਨਾਮ ਆ, ਹੁਣ ਮੈਂ ਕਲਾਸੀਕਲ ਸਿੱਖ ਰਿਹਾ ਉਹਨਾਂ ਤੋਂ, ਥੋੜ੍ਹੀ ਬਹੁਤੀ ਟਰਾਈ ਕਰਦਾ ਅਤੇ ਮੈਂ ਚਾਹੁੰਦਾ ਮੈਂ ਸਿੱਖਦਾ ਸਿੱਖ ਜਦ ਤੱਕ ਮੈਂ ਇਸ ਇੰਡਸਟਰੀ 'ਚ ਰਹਾਂ ਅਤੇ ਮੈਂ ਕੁਛ ਨਾ ਕੁਛ ਸਿੱਖਦਾ ਰਹਾਂ। ਅਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਹਾਂ ਮੁਰਾਲੀ ਜਿੱਦਾਂ ਲਾਈਕ ਕਹਿੰਦੇ ਵੀ ਉਹ ਪੈਸਿਆਂ ਵਾਲਾ, ਮੈਨੂੰ ਹੁਣ ਇੱਕ ਗੱਲ ਯਾਦ ਆਈ, ਮੈਂ ਤੁਹਾਨੂੰ ਸ਼ੇਅਰ ਨਹੀਂ ਕੀਤੀ। ਇੱਕ ਵਾਰੀ ਮੈਂ ਉਹੀ ਬੱਸ ਵਾਲਾ ਸਿਲਸਿਲਾ, ਕਿਉਂਕਿ ਬੱਸ 'ਚ ਆਉਣਾ ਜਾਣਾ ਹੁੰਦਾ ਸੀਗਾ, ਅਤੇ ਮੈਂ ਬੱਸ 'ਚ ਚੜ੍ਹ ਕੇ ਅਤੇ ਮੇਰਾ ਦੋਸਤ ਮੈਨੂੰ ਟਿਕਟ ਦਵਾ ਗਿਆ, ਕਹਿੰਦਾ ਚੜ੍ਹ ਜਾ ਚੱਲ ਹੈ ਨਾ ਬੱਸ 'ਤੇ, ਅਤੇ 100 ਰੁਪਈਆ ਉਹਨੇ ਮੈਨੂੰ ਉੱਦਾਂ ਦਿੱਤਾ। ਇੱਕ ਬੱਸ ਦੇ ਵਿੱਚ ਨਾ, ਤੁਸੀਂ ਕਦੇ ਬੱਸ 'ਚ ਜੇ ਸਫ਼ਰ ਕੀਤਾ, ਉਹ 'ਚ ਨਾ ਕਈ ਵਾਰੀ ਚੜ੍ਹ ਜਾਂਦੇ ਗਾਣੇ ਗਾਉਂਦੇ ਹੁੰਦੇ ਨੇ ਕਈ ਜਣੇ ਨਾ, ਕਈ ਛੋਟੇ ਬੱਚੇ ਹੁੰਦੇ ਨੇ, ਕਈ ਵੱਡੇ ਵੀ ਹੁੰਦੇ ਨੇ। ਇੱਕ ਬੰਦਾ ਕੋਈ ਸਰੰਗੀ ਟਾਈਪ, ਉਹਦੇ ਕੋਲ ਕੋਈ ਚੀਜ਼ ਸੀਗੀ, ਉਹ ਵਜਾ ਰਿਹਾ ਸੀ ਅਤੇ ਬੜਾ ਸੁਰ 'ਚ ਗਾ ਰਿਹਾ ਸੀ ਉਹ, ਅਤੇ ਉਹਨੇ ਗਾਣਾ ਯਾਦ ਨਹੀਂ ਆ ਰਿਹਾ, ਕੋਈ ਗਾਣਾ ਬਹੁਤ ਘੈਂਟ ਗਾਣਾ ਗਾਇਆ, ਨੁਸਰਤ ਸਾਹਿਬ ਦਾ ਕੋਈ ਗਾਣਾ ਉਹਨੇ ਗਾਇਆ, ਤਾਂ ਮੇਰੇ ਨਾ ਕੰਨ ਉਹਦੇ ਵੱਲ ਖਿੱਚੇ ਗਏ ਅਤੇ ਉਹ ਵਿਚਾਰਾ ਨਾ ਗਾਉਣ ਤੋਂ ਬਾਅਦ 'ਚ ਨਾਲ ਨਾਲ ਬੱਸ ਚੱਲ ਗਈ, ਉਹ ਹਰੇਕ ਕੋਲ ਜਾਵੇ ਉਹਨੂੰ ਬਾਈ ਕਿਸੇ ਨੇ ਪੈਸਾ ਨਹੀਂ ਦਿੱਤਾ ਕੋਈ, ਅਤੇ ਮੈਨੂੰ ਮੇਰੇ ਕੋਲ ਉਹੀ 100 ਰੁਪਈਆ ਸੀਗਾ ਮੇਰੇ ਮਨ 'ਚ। ਇੱਕ ਕਲਾਕਾਰ ਤਾਂ ਮੈਨੂੰ ਪਤਾ ਨਹੀਂ ਮੈਂ ਹੈਗਾ ਕਿ ਨਹੀਂ, ਪਰ ਮੈਨੂੰ ਉਹਦੀ ਕਲਾ ਬੜੀ ਵਧੀਆ ਲੱਗੀ ਹੈ ਨਾ, ਮੈਨੂੰ ਐਜ਼ ਐਨ ਇੱਕ ਇਨਸਾਨ ਮੈਨੂੰ ਐਂ ਲੱਗਾ ਮੈਨੂੰ ਯਾਰ ਇਹਨੂੰ ਕੁਛ ਦੇਣਾ ਚਾਹੀਦਾ, ਪਰ ਮੇਰੇ ਕੋਲ ਆਪਦੇ ਕੋਲ ਹੈ ਨਹੀਂ ਸੀ, ਮੇਰੇ ਕੋਲ ਉਹੀ 100 ਰੁਪਈਆ ਸੀਗਾ, ਮੈਂ ਉਹਨੂੰ 100 ਰੁਪਇਆ ਦੇ ਤਾ, ਮੈਂ ਕਿਹਾ ਆਹ ਫੜ ਅਤੇ ਇਕੱਠੇ ਕਰ ਲਾ ਨਾ ਬੱਸ 'ਚੋਂ, ਜਾਂ ਮੈਨੂੰ 90 ਰੁਪਏ ਮੋੜ ਦੇ ਤੂੰ, 10 ਰੱਖ ਲਾ ਆਪਦੇ ਕੋਲ। ਕਹਿੰਦਾ ਬਈ ਮੈਂ ਇਕੱਠੇ ਕਰ ਲੈਂਦਾ, ਅਤੇ ਪਰ ਪਤੰਦਰ ਮੋਰਲੀ ਬਾਰੀ ਚੜ੍ਹਿਆ, 100 ਲੈ ਕੇ ਮਗਰਲੀ ਬਾਰੀ ਉੱਤਰ ਗਿਆ ਅਤੇ ਬੱਸ ਚੱਲ ਪਈ। ਪਰ ਮੈਂ ਉਹਨੂੰ ਮੁੜ ਮੁੜ ਕੇ ਦੇਖਾਂ, ਮੈਂ ਕਿਹਾ ਯਾਰ 100 ਰੁਪਈਆ ਉਹੀ ਸੀਗਾ, ਮੇਰੇ ਫੋਨ 'ਚ ਪੈਸੇ ਹੈ ਨਹੀਂ, ਮੈਂ ਬਾਈ ਨੂੰ ਫੋਨ ਕਿੱਦਾਂ ਕਰੂੰਗਾ, ਮੈਂ ਸੋਚਿਆ ਹੀ ਜਾ ਕੇ ਰਿਚਾਰਜ ਕਰਾਊਂਗਾ ਦੁਕਾਨ ਤੋਂ, ਉਦੋਂ ਬਾਅਦ ਹੁੰਦਲ ਬਾਈ ਨੂੰ ਫੋਨ ਕਰੂੰਗਾ, ਬਾਈ ਇੱਥੇ ਖੜਾ ਕੇ ਮੈਨੂੰ ਚੱਕ ਲਾ। ਪਰ ਫਿਰ ਮੇਰੇ ਮਨ 'ਚ ਥੋੜ੍ਹਾ ਦੁੱਖ ਵੀ ਹੋਇਆ, ਮੈਂ ਕਿਹਾ ਯਾਰ, ਮੈਂ ਫਿਰ ਸੋਚਿਆ ਮੈਂ ਕਿਹਾ ਤੂੰ ਬੱਸ 'ਚ ਗਾਉਣਾ ਨਾ, ਇਸ ਚੀਜ਼ 'ਚ ਆਹੀ ਗੱਲ ਆ, ਤੂੰ ਬੱਸ 'ਚ ਹੀ ਗਾਏਗਾ, ਕਿ ਤੇਰੇ ਮਨ 'ਚ ਮਨ ਸਾਫ਼ ਨਹੀਂ ਲੱਗਿਆ ਮੈਨੂੰ ਉਹ ਬੰਦੇ ਦਾ। ਚਲੋ, ਅਤੇ ਹੁਣ ਵਿਚੋਲੇ ਦੀ ਜੇਕਰ ਮੈਂ ਗੱਲ ਕਰਾਂ, ਲੇਟੈਸਟ ਟਰੈਕ ਜਿਹੜਾ ਹੈਗਾ ਹੁਣ ਤੱਕ ਕਿੰਨਾ ਕੁ ਅੱਛਾ ਫੀਲਿੰਗ ਦਵਾ ਦਿੱਤੀ ਗਾਣੇ ਨੇ ਆਪਣੇ, ਅਤੇ ਮਤਲਬ ਮੇਰੀ ਲਾਈਫ ਚੇਂਜਿੰਗ ਗਾਣਾ ਇਹਨੂੰ ਮੈਂ ਕਹਿ ਸਕਦਾ, ਅਤੇ ਕਾਫ਼ੀ ਅੱਛਾ ਰਿਸਪੋਂਸ ਰਿਹਾ, ਸਾਰੇ ਆਲ ਓਵਰ ਸਾਰੇ ਪਾਸੇ ਮੈਨੂੰ ਵਧੀਆ ਰਿਸਪੋਂਸ ਮਿਲਿਆ ਗਾਣੇ 'ਚ। ਚਲੋ, ਬਹੁਤ ਬਹੁਤ ਥੈਂਕ ਯੂ ਪੀ ਟੀ ਸੀ ਨਾਲ ਗੱਲਬਾਤ ਕਰਨ ਲਈ, ਔਰ ਬੈਸਟ ਵਿਸ਼ਿਸ਼ ਤੁਹਾਡੇ ਕਰੀਅਰ ਲਈ, ਤੁਹਾਡੇ ਨੈਕਸਟ ਫਿਊਚਰ ਪ੍ਰੋਜੈਕਟਸ ਲਈ।